ਇਹ ਨਵਾਂ ਆਇਨਬਰਗਰੁਂਗਸ ਗੈਸੇਟਸ ਜਿਹੜਾ ਨੈਸ਼ਨੈਲਟੀ ਵਾਲਾ ਕਾਨੂੰਨ ਆ ਇੱਕ ਦਿਨ ਲਈ ਜਿਹੜਾ ਲੇਟ ਲਾਗੂ ਹੋਣ ਜਾ ਰਿਹਾ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਣੀ ਆ ਕਿਉਂਕਿ ਕਈ ਭੈਣ ਭਰਾ ਲਿਖ ਦਿੰਦੇ ਆ ਕਮੈਂਟਾਂ ਵਿੱਚ ਭਾਜੀ ਇਹ ਕਾਨੂੰਨ ਹੈ ਕਿਹੜਾ ਸੋ ਇਹ ਉਸੇ ਕਾਨੂੰਨ ਦੀ ਆਪਾਂ ਗੱਲ ਕਰ ਰਹੇ ਆ ਜਿਸ ਦੇ ਤਾਹਤ 8 ਸਾਲ ਦੀ ਬਜਾਏ ਅਸੀਂ 5 ਸਾਲ ਬਾਅਦ ਹੀ ਜਿਹੜਾ ਨੈਸ਼ਨੈਲਟੀ ਅਪਲਾਈ ਕਰ ਸਕਦੇ ਆ ਜਰਮਨੀ ਦੇ ਵਿੱਚ ਤੇ ਜੇ ਕਿਸੇ ਕੋਲ ਬਿਜ਼ੋਂਦਰ ਇੰਟੀਗ੍ਰੇਸ਼ਨਸ ਕੈਂਟਿਸ ਹੈਗੀਆਂ ਨੇ ਨਾਲ ਸਪਰਾਖ ਸਰਟੀਫਿਕੇਟ ਸੀ1 ਹੈ ਗਿਆ ਤੇ ਉਹ ਜਿਹੜਾ ਆ ਆਪਣਾ 3 ਸਾਲ ਬਾਅਦ ਹੀ ਨੈਸ਼ਨੈਲਟੀ ਅਪਲਾਈ ਕਰ ਸਕਦਾ ਆ ਨਵ ਜੰਮੇ ਬੱਚੇ ਜਰਮਨੀ ਦੇ ਵਿੱਚ ਬਾਇ ਬਰਥ ਨੈਸ਼ਨੈਟੀ ਲਈ ਐਲੀਜੀਬਲ ਹੋਣਗੇ ਜੇ ਬੱਚੇ ਦੇ ਮਾਂ ਜਾਂ ਪਿਓ ਇੱਕ ਜਣਾ ਜਰਮਨੀ ਦੇ ਵਿੱਚ ਪਿਛਲੇ 5 ਸਾਲਾਂ ਤੋਂ ਆਫੀਸ਼ੀਅਲ ਜਰਮਨੀ ਦੇ ਵਿੱਚ ਰਹਿ ਰਿਹਾ ਆ ਤੇ ਉਹਦੇ ਕੋਲ ਨਿਦਰਲਾਸਮਸਲਬਨਿਟਸ ਹੈਗੀ ਆ ਪਹਿਲਾਂ ਇਹ 8 ਸਾਲ ਲਈ ਹੁੰਦਾ ਸੀ ਤੇ ਬਾਕੀ ਜਿਹੜੀਆਂ ਕੰਟਰੀਆਂ ਡਬਲ ਨੈਸ਼ਨੈਟੀ ਜਾਨਕੀ ਦੁਅਲ ਨੈਸ਼ਨੈਟੀ ਲਈ ਅਲਾਓ ਕਰਦੀਆਂ ਨੇ ਉਹ ਕੰਟਰੀਆਂ ਦੇ ਵਿੱਚਿੰਦੇ ਜੜਾਇਆ ਦੋ ਨੈਸ਼ਨੈਟੀ ਰੱਖ ਸਕਣਗੇ ਠੀਕ ਹੈ ਜੀ ਇਹ ਕਾਨੂੰਨ ਜਿਹੜਾ ਆ ਬੁੰਡਿਸ ਮਿਨਿਸਟਰੀਰੀਅਮ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉਹਦੇ ਮੁਤਾਬਕ 26 ਜੂਨ 2024 ਨੂੰ ਲਾਗੂ ਇਆ ਕਿ ਇੱਕ ਨੂਨ ਜਿਹੜਾ 26 ਜੂਨ ਦੀ ਬਜਾਏ ਹੁਣ 27 ਜੂਨ ਨੂੰ ਲਾਗੂ ਹੋਵੇਗਾ ਸੋ ਇੱਕ ਦਿਨ ਕਾਨੂੰਨ ਲੇਟ ਹੋਣ ਨਾਲ ਆਈ ਥਿੰਕ ਐਡਾ ਕੋਈ ਫਰਕ ਨਹੀਂ ਪੈਣ ਲੱਗਾ ਪਰ ਫਿਰ ਵੀ ਜਿਹੜੀ ਅਪਡੇਟ ਸਾਹਮਣੇ ਆਈ ਹੈ ਆਪਜੀ ਭੈਣ ਭਰਾਵਾਂ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਗਾਹ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਜੇ ਕੋਈ ਗੁਸਤਾਖੀ ਕਰਨ ਦੀ ਹੈ ਜਾਣੇ ਜਾਣ ਵੀ ਤੁਹਾਡਾ ਲਵ ਸਿੰਘ ਹਮ ਦੋ ਇਹ ਜੋ ਕਿ ਤੁਹਾਡਾ ਮਾਫੀ ਚਾਹੁੰਦਾ ਹੈ ਜੀ ਸਤਿ ਸ੍ਰੀ ਅਕਾਲ ਸਣ ਤੇ ਜਿਉਂਦੇ ਬਸ ਰਹਿਓ